स्कूलों की मनमानी पर पंजाब सरकार की बड़ी कार्रवाई शिक्षा मंत्री हरजोत सिंह बैंस ने अभिभावकों के नाम संदेश जारी कर कहा कि निजी स्कूल तरीके से फीस वसूल न कर सके इसके लिए एक मेल आईडी बनाई गई है जिस पर अभिभावक शिकायत दर्ज कर सकते हैं आपको बता दें शिक्षा मंत्री को बहुत से अभिभावकों की इस मामले को लेकर शिकायत गई थी जिसके बाद ये कदम उठाया गया आइए सुनाते हैं शिक्षा मंत्री ने क्या कहा पिछले कई दिनों तो ਮੈਨੂੰ ਬਹੁਤ ਸਾਰੀ ਕੰਪਲੇਂਟਸ ਮਾਪੇ ਵੱਲੋਂ ਮਿਲ ਰਹੀਆਂ ਨੇ ਮਾਤਾ ਪਿਤਾਵਾਂ ਵੱਲੋਂ ਮਿਲ ਰਹੀਆਂ ਨੇ ਕਿ ਪੰਜਾਬ ਦੇ ਕਈ ਪ੍ਰਾਈਵੇਟ ਸਕੂਲ ਵੱਖ-ਵੱਖ ਸ਼ਹਿਰਾਂ ਦੇ ਪ੍ਰਾਈਵੇਟ ਸਕੂਲ ਕਿਤਾਬਾਂ ਦੇ ਨਾਮ ਦੇ ਉੱਤੇ ਅਜੀਬ ਕਿਸਮ ਦੇ ਕਿਸਮ ਦੇ ਫੀਸਾਂ ਦੇ ਨਾਮ ਦੇ ਉੱਤੇ ਬਹੁਤ ਵੱਡੀ ਲੁੱਟ ਕਰ ਰਹੇ ਆ ਸਾਡੇ ਵੱਲੋਂ ਸਟ੍ਰਿਕਟ ਨਿਰਦੇਸ਼ ਨੇ ਕਿ ਕੋਈ ਵੀ ਸਕੂਲ ਹੋਵੇ CBSE ਦਾ ਹੋਵੇ ਕੋਈ ਵੀ ਹੋਵੇ NCERT ਦੀਆਂ ਕਿਤਾਬਾਂ ਹੋਣੀਆਂ ਚਾਹੀਦੀਆਂ ਪਰ ਇਸ ਦੇ ਬਾਵਜੂਦ ਆ NCERT ਆ NCERT ਦੀ بجائے ਹੋਰ ਪਬਲਿਸ਼ਰਸ ਦੀਆਂ ਕਿਤਾਬਾਂ ਮਹਿੰਗੀਆਂ ਕਿਤਾਬਾਂ ਮੈਨੂੰ ਬਹੁਤ ਸਾਰੀ ਮਾਤਾ ਪਿਤਾਵਾਂ ਨੇ ਮੈਨੂੰ ਉਹੀ WhatsApp ਤੇ ਸਲਿੱਪਾਂ ਭੇਜੀਆਂ 7-7000 ਰੁਪਏ ਦੀਆਂ ਜਿਦੇ ਵਿੱਚ 6-600 ਰੁਪਏ ਦੀ ਮੈਥ ਦੀ ਕਿਤਾਬ ਨਰਸਰੀ ਦੀਆਂ ਕਿਤਾਬਾਂ ਬਹੁਤ ਮਹਿੰਗੀਆਂ ਬੁੱਕ ਬਾਈਂਡਿੰਗ ਦੇ ਨਾਮ ਤੇ ਨੇਮ ਸਲਿੱਪਾਂ ਦੇ ਨਾਮ ਤੇ ਤਰ੍ਹਾਂ ਤਰ੍ਹਾਂ ਦੇ ਨਾਮਾਂ ਦੇ ਉੱਤੇ ਮਹਿੰਗੀਆਂ ਜਿਹੜੀਆਂ ਕਿਤਾਬਾਂ ਵੇਚੀਆਂ ਜਾ ਰਹੀਆਂ ਇਸ ਤੋਂ ਇਲਾਵਾ ਅਜੀਬ ਕਿਸਮ ਦੀਆਂ ਨਾਮ ਦੇ ਫੀਸਾਂ ਦੇ ਉੱਤੇ ਵੀ ਜਿਹੜੀ ਹੈ ਉਹ ਵਧ ਫੀਸਾਂ ਵਸੂਲੀਆਂ ਜਾ ਰਹੀਆਂ ਇਹ ਮਸਲਾ ਮਾਨਯੋਗ ਮੁੱਖ ਮੰਤਰੀ ਪੰਜਾਬ ਦੇ ਧਿਆਨ ਵਿੱਚ ਵੀ ਆਇਆ ਤੇ ਸਦਾ ਭਗਵੰਤ ਸਿੰਘ ਮਾਨ ਜੀ ਨੇ ਸਟ੍ਰਿਕਟ ਆਰਡਰਸ ਪਾਸ ਕੀਤੇ ਨੇ ਕਿ ਕੋਈ ਵੀ ਪ੍ਰਾਈਵੇਟ ਸਕੂਲ ਨੂੰ ਇਹ ਹੱਕ ਨਹੀਂ ਕਿ ਉਹ ਆਮ ਮਾਤਾ ਪਿਤਾਵਾਂ ਦੀ ਜਿਹੜੀ ਲੁੱਟ ਕਰ ਸਕੇ ਇਸ ਦੇ ਉੱਤੇ ਕਾਰਵਾਈ ਕਰਦੇ ਹੋਏ ਸਾਡੇ ਵੱਲੋਂ ਮੇਰੇ ਦਫ਼ਤਰ ਦੇ ਵੱਲੋਂ ਹਰ ਜ਼ਿਲ੍ਹੇ ਦੇ ਵਿੱਚ ਇੱਕ ਐਜੂਕੇਸ਼ਨ ਮਿਨਿਸਟਰ ਟਾਸਕ ਫੋਰਸ ਅਸੀਂ ਗਠਿਤ ਕਰ ਦਿੱਤੇ ਹੈ ਜਿੱਥੇ ਹਰ ਜ਼ਿਲ੍ਹੇ ਦੇ ਵਿੱਚ ਤਿੰਨ ਤਿੰਨ ਪ੍ਰਿੰਸੀਪਲ ਸਰਕਾਰੀ ਸਕੂਲਾਂ ਦੀ ਅਸੀਂ ਇੱਕ ਟਾਸਕ ਫੋਰਸ ਬਣਾਈ ਹੈ ਜਦੋਂ ਵੀ ਕਦੀ ਵੀ ਮੈਨੂੰ ਕੰਪਲੇਂਟ ਆਉਗੀ ਉਹ ਖੁਦ ਜਾ ਕੇ ਕਿਹੜੇ ਅਕਸਰ ਕੀ ਹੈ ਰੂਲਸ ਇਹ ਕਹਿੰਦੇ ਨੇ ਕਿ ਹਰ ਪ੍ਰਾਈਵੇਟ ਸਕੂਲ ਨੂੰ ਜਿਹੜੇ ਛੋਟੇ ਸ਼ਹਿਰਾਂ ਦੇ ਵਿੱਚ ਤਿੰਨ ਤੋਂ ਪੰਜ ਦੁਕਾਨਾਂ ਉਹਨਾਂ ਨੂੰ ਆਪਣੇ ਬਾਅਦ ਦਸਵੀਆਂ ਪੈਣਗੀਆਂ ਜਿੱਥੋਂ ਕਿਤਾਬਾਂ ਮਿਲਦੀਆਂ ਨੇ ਤੇ ਜਿਹੜੇ ਵੱਡੇ ਸ਼ਹਿਰ ਨੇ ਲੁਧਿਆਣਾ ਅਮਰਸਰ ਜਲੰਧਰ ਆਦਿ ਇੱਥੇ ਬੀਬੀ ਬੀਬੀ ਕਿਤਾਬ ਜਿਹੜੀ ਦੁਕਾਨਾਂ ਹੈ ਉਹਨਾਂ ਦੀ ਲਿਸਟ ਲਾਣੀ ਪਊਗੀ ਪਰ ਅਸਲ ਚ ਇਹ ਹੁੰਦਾ ਕਿ ਉੱਥੇ ਹੀ ਕਿਸੇ ਨਾ ਕਿਸੇ ਤਰੀਕੇ ਨਾਲ ਉਹ ਕਿਤਾਬਾਂ ਵੇਚ ਦਿੰਦੇ ਨੇ ਤੇ ਕੋਈ ਹੋਰ ਜਾਲੀ ਸਲਿੱਪਾਂ ਆਪਣਾ ਨਾਮ ਨਹੀਂ ਲਿਖਦੇ ਸਲਿੱਪਾਂ ਦੇ ਉੱਤੇ ਤਾਂ ਕਿ ਮੌਕੇ ਦੇ ਉੱਤੇ ਇਹਨਾਂ ਸਕੂਲਾਂ ਦੇ ਕਾਰਵਾਈ ਹੋ ਸਕੇ ਇੱਕ ਸਪੈਸ਼ਲ ਐਜੂਕੇਸ਼ਨਿਸਟ ਦਾ ਟਾਸਕ ਉਸ ਦਾ ਕਟਟ ਕਰ ਦਿੱਤਾ ਗਿਆ ਤੇ ਨਾਲ ਹੀ ਅੱਜ ਮੈਂ ਇੱਕ ਜਿਹੜੀ ਤੁਹਾਨੂੰ ਇੱਕ ਈਮੇਲ ਆਈਡੀ ਦੇ ਰਿਹਾ ਜੀ emofficepunjab emofficepunjab@gmail.com ਇਸ ਈਮੇਲ ਆਈਡੀ ਦੇ ਉੱਤੇ ਕੋਈ ਵੀ ਮਾਤਾ ਪਿਤਾ ਪੰਜਾਬ ਦਾ ਕਿਸੇ ਕੋਨੇ 'ਚੋਂ ਵੀ ਬੈਠ ਕੇ ਜਾਂ ਕੋਈ ਵੀ ਬੱਚਾ ਉਹ ਸਿੱਧਾ ਸਾਨੂੰ ਕੰਪਲੇਂਟ ਕਰ ਸਕਦਾ ਹੈ ਇਹ ਕੰਪਲੇਂਟ ਸਿੱਧਾ ਮੇਰੇ ਦਫਤਰ ਚ ਆਉਗੀ ਮੇਰੇ ਕੋਲ ਆਉਗੀ ਤੇ ਅਸੀਂ ਜਿਹੜੇ ਇਸ ਦੇ ਉੱਤੇ ਸਟ੍ਰਿਕਟ ਐਕਸ਼ਨ ਲਵਾਂਗੇ ਨਾਲ ਹੀ ਮੈਂ ਪ੍ਰਾਈਵੇਟ ਸਕੂਲਾਂ ਵਾਲਿਆਂ ਨੂੰ ਵੀ ਇਹ ਵੀ ਦੱਸ ਦੇਣਾ ਚਾਹੁੰਦਾ ਹਾਂ ਕਿ 30 April ਤੱਕ ਤੁਹਾਨੂੰ ਤੁਸੀਂ ਬਾਉਂਡ ਹੋ ਐਸ ਪਰ ਦਾ ਐਕਟ 30 ਅਪ੍ਰੈਲ ਤੱਕ ਤੁਹਾਨੂੰ ਆਪਣਾ ਇੱਕ ਫਾਰਮ ਜਮ੍ਹਾਂ ਕਰਾਉਣਾ ਹੁੰਦਾ ਜੀ ਤੁਸੀਂ ਦੱਸਣਾ ਕਿ ਕਿੰਨੀ ਤੁਸੀਂ ਫੀਸ ਵਧਾਈ ਹੈ ਕਿੰਨਾ ਤੁਹਾਡੇ ਕੋਲ ਇਨਫਰਾਸਟ੍ਰਕਚਰ ਹੈ ਕਿੰਨੇ ਕੰਪਿਊਟਰ ਨੇ ਕਿੰਨੇ ਕਮਰੇ ਨੇ ਕਿੰਨੀ ਬਿਲਡਿੰਗ ਹੈ ਉਹ ਇਸ ਵਾਰੀ ਅਸੀਂ ਰੈਗੂਲੇਟਰੀ ਬਾਡੀਆਂ ਨੂੰ ਹਰ ਜ਼ਿਲ੍ਹੇ ਲੈਵਲ ਦੇ ਉੱਤੇ ਰੈਗੂਲੇਟਰੀ ਬਾਡੀਆਂ ਨੂੰ ਅਸੀਂ ਇਨਸ਼ੋਰ ਕਰ ਦਿੱਤਾ ਕਿ 30 ਅਪ੍ਰੈਲ ਤੱਕ ਜੋ ਪਰਫਾਰਮੇ ਨੇ ਉਹ ਸਾਰੇ ਪਰਫਾਰਮੇ ਹਰ ਇੱਕ ਪ੍ਰਾਈਵੇਟ ਸਕੂਲ ਨੂੰ ਭਰ ਕੇ ਜਮ੍ਹਾਂ ਕਰਾਣੇ ਹੋਣਗੇ ਤੇ ਅਸੀਂ ਰੈਂਡਮ ਸਕ੍ਰੂਟ ਜਿਹੜੀ ਚੈਕਿੰਗ ਵੀ ਕਰਾਂਗੇ ਤੇ ਅਗਰ ਕੋਈ ਵੀ ਪ੍ਰਾਈਵੇਟ ਸਕੂਲ ਅਗਰ ਕਦੀ ਵੀ ਸਾਨੂੰ ਲੱਗਦਾ ਹੈ ਕਿ ਉਹ ਪਾਇਆ ਗਿਆ ਤਾਂ ਉਸ ਦੇ ਉੱਤੇ ਅਸੀਂ ਸਟ੍ਰਿਕਟ ਜਿਹੜਾ ਹੈ ਐਕਸ਼ਨ ਲਵਾਂਗੇ ਕਾਰਵਾਈ ਕਰਾਂਗੇ ਇੱਕ ਵਾਰੀ ਦੁਬਾਰਾ ਮੈਂ ਈਮੇਲ ਆਈਡੀ ਰਿਪੀਟ ਕਰ ਦਿੰਦਾ ਹੈ emofficepunjab@gmail.com ਤੇ ਨਾਲ ਹੀ ਇਸ ਤੋਂ ਇਲਾਵਾ ਜਿਹੜੀ ਰੈਗੂਲੇਟਰੀ ਬਾਡੀਜ਼ ਨੇ 22 ਜਿਲ੍ਹਿਆਂ ਦੇ ਵਿੱਚ ਅਸੀਂ ਇਹ ਕੰਪਲੇਂਟਸ ਉਹਨਾਂ ਨੂੰ ਫਾਰਵਰਡ ਕਰ ਦਾਂਗੇ ਤੇ whoever is found guilty will be booked उधर ही क्लास एक्शन भी होगा ਤੇ ਪ੍ਰਾਈਵੇਟ ਸਕੂਲਾਂ ਨੂੰ ਮੇਰੀ ਬੇਨਤੀ ਹੈ ਕਿ ਹੁਣੇ ਬਿਲਕੁਲ ਤੁਸੀਂ बिकॉज ਇਹ ਸਪੰਨ ਸਾਹਿਬ ਦਾ ਸਟ੍ਰਿਕਟ ਜਿਹੜਾ ਹੈ ਇਨਸਟਰਕਸ਼ਨਸ ਨੇ ਨਿਰਦੇਸ਼ ਹੈ ਕਿ ਕੋਈ ਵੀ ਪ੍ਰਾਈਵੇਟ ਸਕੂਲ ਦੀ ਜਿਹੜੀ ਅਸੀਂ ਲੁੱਟ ਹੈ ਉਹ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਬਹੁਤ ਬਹੁਤ ਧੰਨਵਾਦ ਤਾਜ਼ਾ ਅਪਡੇਟਸ ਉਹ ਬੜੀ ਖਬਰੋਆਂ ਕੇ ਲੀ ਸਬਸਕ੍ਰਾਈਬ ਕਰੇਂ ਅਧ ਪ੍ਰਕਾਸ਼ ਟੀਵੀ ਔਰ ਬੈਲ ਆਈਕਨ ਦਬਾਣਾ ਨਾ ਭੁੱਲੇ